ਅੰਮ੍ਰਿਤਧਾਰੀ ਔਰਤ ਦੇ ਗਲ ਵਿੱਚ ਪਾਏ ਸ੍ਰੀ ਸਾਹਿਬ ਦੀ ਕੀਤੀ ਬੇਅਦਬੀ ਅਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ। ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਕਰਮੂਵਾਲਾ ਦੀ ਇੱਕ ਅੰਮ੍ਰਿਤਧਾਰੀ ਔਰਤ ਦੀ ਬੇਅਦਬੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰਜੀਤ ਕੌਰ ਪਤਨੀ ਬੀਰ ਵਾਸੀ ਪਿੰਡ ਕਰਮੂਵਾਲਾ ਥਾਣਾ ਕੱਲ ਖੁਰਦ ਦੀ ਅੰਮ੍ਰਿਤਧਾਰੀ ਔਰਤ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ। ਉਹਨਾਂ ਦਾ ਨਲਕਾ ਖਰਾਬ ਹੋਣ ਕਰਕੇ ਉਹ ਹਾਕਮ ਸਿੰਘ ਦੇ ਘਰ ਪਾਣੀ ਭਰ ਕੇ ਲਿਆਉਂਦੀ ਸੀ। ਉਹਨਾਂ ਦੱਸਿਆ ਕਿ 11/9/2019 ਨੂੰ ਹਾਕਮ ਦੇ ਘਰ ਪਾਣੀ ਭਰਨ ਗਏ। ਜਦੋਂ ਉਹ ਮੋਟਰ ਪਾਈਪ ਤੋਂ ਪਾਣੀ ਭਰਨ ਲੱਗੀ ਤਾਂ ਹਾਕਮ ਸਿੰਘ ਨੇ ਕਿਹਾ ਕਿ ਤੂੰ ਸਾਡੇ ਘਰੋਂ 1200 ਰੁਪਏ ਚੋਰੀ ਕੀਤਾ ਹੈ, ਸਾਡੇ ਪੈਸੇ ਵਾਪਸ ਕਰ ਦੇ, ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਾਫੀ ਸਫਾਈ ਦਿੱਤੀ ਪਰ ਇਹ ਮੇਰੇ ਨਾਲ ਮਾੜਾ ਚੰਗਾ ਬੋਲਦੇ ਰਹੇ। ਜਦ ਮੈਂ ਆਪਣੇ ਘਰ ਆ ਗਈ ਤਾਂ ਮਿਤੀ 13/9/2019 ਨੂੰ, ਵਕਤ ਕਰੀਬ 11 ਦਾ ਹੋਵੇਗਾ ਕਿ ਉਕਤਾਨ ਦੋਸ਼ੀ ਜਾਬਰਨ ਉਹਨਾਂ ਦੇ ਘਰ ਆਏ ਤੇ ਆਉਂਦਿਆਂ ਸਾਰੇ ਜਣੇ ਮੇਰੇ ਗਲ ਪੈ ਗਏ ਤੇ ਅੰਮ੍ਰਿਤਧਾਰੀ ਸਿੱਖ ਔਰਤ ਦੇ ਗਲ ਵਿੱਚ ਪਾਏ ਸ੍ਰੀ ਸਾਹਿਬ ਦੀ ਖਿੱਚ ਧੂ ਕੀਤੀ ਤੇ ਤੋੜ ਕੇ ਹੇਠਾਂ ਧਰਤੀ ਤੇ ਸੁੱਟ ਦਿੱਤਾ, ਜਿਸ ਕਰਕੇ ਮੇਰੀ ਕੱਪੜੇ ਵੀ ਫਟ ਗਏ ਤੇ ਅੰਮ੍ਰਿਤਧਾਰੀ ਸਿੱਖ ਔਰਤ ਦੀ ਬੇਇੱਜ਼ਤੀ ਕੀਤੀ, ਕੁੱਟਮਾਰ ਕਰਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਜੀ, ਮੇਰੇ ਨਾਲ ਚੋਰੀ ਦਾ ਨਾਂ ਲਾਉਂਦੇ ਸੀਗੇ ਤੇ ਮੈਂ ਆਖਿਆ ਵੀ ਚੋਰੀ ਨਹੀਂ ਮੈਂ ਕੀਤੀ ਗੀ ਤੇ ਮੇਰੇ ਮੁੜ ਕੇ ਕੁੱਟਮਾਰ ਉਹਨਾਂ ਨੇ ਕੀਤੀ, ਮੇਰੇ ਗਲ ਪੈ ਗਏ, ਚਪੇੜਾਂ ਮਾਰੀਆਂ ਮੂੰਹ ਤੇ, ਮੇਰੇ ਜੁੰਡੇ ਜਾਂਡੇ ਪੱਟੇ, ਮੈਂ ਘਰੇ ਆ ਗਈ ਹਾਂ। ਘਰੇ ਆ ਕੇ ਫਿਰ ਮੇਰੇ ਮਗਰੇ ਆ ਕੇ ਮੇਰੇ ਗਲ ਪਏ ਆ, ਇਕੱਲੇ ਜਾਣੀ ਮੈਂ ਹੈਗੀ ਸੀ, ਮੇਰਾ ਗਾਤਰਾ ਤੋੜਿਆ ਉਹਨਾਂ ਨੇ, ਗਾਤਰਾ ਤੋੜ ਕੇ ਮੇਰੇ ਪੈਰਾਂ 'ਚ ਰੋਲਿਆ ਉਹਨਾਂ ਨੇ ਤੇ ਮੈਂ ਗਾਤਰਾ ਚੱਕਾ ਤੇ ਫਿਰ ਮੈਨੂੰ ਅਸੀਂ ਇਹਨੂੰ ਫੜ ਲਓ ਮਗਰੋਂ ਲਲਕਰੇ ਮਾਰਦੇ ਰਹੇ। ਇਹ ਕੌਣ ਸੀ, ਕਿੰਨੇ ਜਣੇ ਆਏ ਤੁਹਾਡੇ ਘਰੇ? ਚਾਰ ਜਾਣੇ। ਕੌਣ ਕੌਣ, ਕੀ ਨਾਮ? ਇੱਕ ਸਾਜਨ ਆ, ਇੱਕ ਹਾਕਮ ਆ, ਇੱਕ ਉਹਦੇ ਘਰ ਦੀ ਸੁਖਜੀਤ ਤੇ ਗਿਆਨੀ। ਤੁਹਾਡੇ ਗਾਤਰੇ ਦੀ ਬੇਅਦਬੀ ਕੀਤੀ? ਹਾਂਜੀ ਹਾਂਜੀ। ਹੁਣ ਤੁਸੀਂ ਕੀ ਮੰਗ ਕਰਨਾ ਪੁਲਿਸ ਪ੍ਰਸ਼ਾਸਨ ਨੇ ਕੋਲ? ਤੁਹਾਨੂੰ ਇਨਸਾਫ ਦਿੱਤਾ? ਕੋਈ ਨਹੀਂ ਸੁਣੀ ਜੀ। ਕੀ ਕਹਿੰਦੇ ਨੇ ਪੁਲਿਸ? ਕੋਈ ਨਹੀਂ ਸੁਣੀ ਜੀ। ਇਹ ਦੱਸੋ ਨਾ, ਉਹਨਾਂ ਦੀ ਸੁਣਦੇ ਆ ਮੇਰੀ ਗੱਲ, ਕੋਈ ਨਹੀਂ ਉਹਨਾਂ ਨੇ ਸੁਣੀ ਜੀ। ਕੌਣ? ਆਲ ਮਟੋਲੇ ਕਰਦੇ। ਕੌਣ ਕੌਣ ਕਰਦੇ ਨੇ? ਪੁਲਿਸ ਵਾਲੇ ਜੀ। ਅੱਛਾ, ਕੀ ਕਹਿੰਦੇ ਨੇ? ਉਹ ਆਂਦੇ ਜੀ ਤੁਸੀਂ ਦੂਜਾ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਚੋਰੀ ਹੋਈ ਤੇ ਮੇਰੇ ਬਾਰੇ ਕੋਈ ਗੱਲ ਨਹੀਂ ਕਰਦੇ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਮੰਗ ਕਰਨਾ ਚਾਹੁੰਦੇ? ਅਸੀਂ ਮੰਗ ਮੈਂਬਰ, ਮਤਲਬ ਕੀ ਸਰਕਾਰ ਤੋਂ ਕੀ ਮੰਗ ਕਰਨਾ? ਸਰਕਾਰ ਤੋਂ ਇਹੋ ਮੰਗ ਕਰਦੇ ਵੀ ਮੇਰੀ ਵੀ ਸੁਣੀ ਜਾਵੇ ਮੇਰੀ ਗੱਲ ਗਰੀਬਾਂ ਦੀ, ਵੀ ਮੈਂ ਗੁਰੂ ਸਿੱਖ ਦੇ ਨਾਲ ਜੁੜੀ ਹੋਈ ਹਾਂ, ਵੀ ਜ਼ਰੂਰ ਵਾਸਤੇ ਮੇਰੀ ਗੱਲ ਸੁਣੀ ਜਾਵੇ। ਮਨਦੀਪ ਸੱਸ ਸਾਡੀ ਦੇ ਗੱਲ ਪੈ ਗਏ ਆ ਜੀ, ਸੱਸ ਦੇ ਵਾਲ ਵੂਲ ਪੱਟੇ, ਉਹਦਾ ਗਾਤਰਾ ਪੈਰਾਂ 'ਚ ਰੋਲ ਕੇ ਅਤੇ ਉਹਨੂੰ ਕੁੱਟਿਆ ਮਾਰਿਆ, ਜੁੰਡੇ ਜਾਂਡੇ ਖਿਲਾਰੇ ਆ ਜੀ, ਅਤੇ ਕੱਪੜੇ ਕੁੱਪੜੇ ਜੀ ਪਾੜੇ ਹੋਏ ਆ, ਅਤੇ ਉਹਦਾ ਇਨਸਾਫ ਲੈਣਾ ਚਾਹੀਦਾ। ਤੁਸੀਂ ਕੀ ਪੁਲਿਸ ਪ੍ਰਸ਼ਾਸਨ ਕੋਲ? ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਤੁਹਾਨੂੰ ਜੀ? ਇਹੋ ਹੀ ਕਹਿੰਦੇ ਆ ਵੀ ਸਾਡੀ ਕੋਈ ਸੱਸ ਦੇ ਕੋਈ ਵੀ ਇਨਸਾਫ ਨਹੀਂ ਮਿਲਦਾ ਪਿਆ ਜੀ। ਹਾਂਜੀ, ਜਦੋਂ ਮੈਂ ਦਲਬਾਰਾ ਸਰਪੰਚ ਦੇ ਘਰ ਕੰਮ ਕਰਦੀ ਪਈ ਸੀਗੀ, ਝਾੜੂ ਪੋਚਾ ਲਾਉਂਦੀ ਪਈ ਸੀ ਕਿ ਮੇਰੀ ਸੱਸ ਜਦੋਂ ਰੋਂਦੀ ਪਿੜਦੀ ਮੇਰੇ ਕੋਲ ਗਈ, ਇਸ ਦੇ ਜੁੰਡੇ ਖੁੱਲ੍ਹੇ ਹੋਏ ਸੀ, ਖਿਲਰੇ ਹੋਏ ਸੀ, ਕੱਪੜੇ ਸਾਰੇ ਪਾਟੇ ਹੋਏ ਸੀ, ਗਾਤਰਾ ਟੁੱਟਿਆ, ਇਹ ਹੱਥ 'ਚ ਲਈ ਫਿਰਦੇ ਸੀ ਕਿ ਮੇਰੇ ਕੋਲ ਜਦੋਂ ਰੋਂਦੀ ਪਿੜਦੀ ਗਈ ਕਿ ਜਸਵਿੰਦਰ ਯਾਤਰਾ ਕਰਕੇ ਮੈਨੂੰ ਸੁਖਜੀਤ ਕਿਆ ਨੇ ਕੁੱਟਿਆ, ਮੇਰਾ ਇਲਾਮ ਲਾਉਂਦੇ ਸੀ 1200 ਰੁਪਈਆ, ਅਤੇ ਵੀ ਮੈਨੂੰ ਇਸ ਤਰ੍ਹਾਂ ਕਰਕੇ ਕੁੱਟਿਆ, ਅਤੇ ਮੈਂ ਥਾਣੇ ਆਸੇ ਚਲੇ ਗਈਆਂ ਕਿ ਥਾਣੇ ਪੁਲਿਸ ਵਾਲਿਆਂ ਨੇ ਸਾਡੀ ਕੋਈ ਇਨਸਾਫ ਨਹੀਂ ਦਿੱਤੀ। ਕੀ ਕਹਿੰਦੇ ਨੇ ਪੁਲਿਸ ਵਾਲੇ? ਜੀ ਉਹ ਕਹਿੰਦੇ ਸੀ ਕਿ ਕਰ ਦਿਆਂਗੇ ਅਤੇ ਵੀ ਉਹਨਾਂ ਦੀ ਸੁਣਦੇ ਪਏ ਆ, ਜਿਨ੍ਹਾਂ ਦੀ ਸਗਰੋਂ ਚੋਰੀ ਹੋਈ ਆ ਉਹਨਾਂ ਦੀ ਕਰਦੇ ਪਏ ਆ, ਅਤੇ ਜਿਹੜੀ ਸਾਡੀ ਮਾਤਾ ਦੀ ਕੁੱਟਮਾਰ ਕੀਤੀ ਆ ਉਹਦਾ ਕੋਈ ਇਨਸਾਫ ਨਹੀਂ ਗਾ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ? ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਸੱਸ ਦਾ ਜੋ ਇਨਸਾਫ ਦੇਣਾ ਚਾਹੀਦਾ। ਸੀਵਨ ਨਿਊਜ਼ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।